ਸਰਬਜੀਤ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਰਬਜੀਤ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੰਜਾਬ ਪੁਲਿਸ ਬਰਤਾਵ ਉਹਨਾਂ ਨੇ ਜਾਣ ਬੁੱਝ ਕੇ ਕਤਲ ਕੀਤਾ ਕਤਲ ਹਾਂ ਕਤਲ ਕੀਤਾ ਇਹ ਮੰਗੇਤਰ ਵੱਲੋਂ ਮੰਗੇਤਰ ਸੀ ਪੰਜਵੀਂ ਕਲਾਸ ਤੋਂ ਲੈ ਕੇ ਸਕਾਲੀ ਕੁਨਾਲ ਪੜੀ ਟੌਪਰ ਇਸ ਕਾਲਜ ਦੀ ਤੱਕ ਸਿਟੀ ਐਸ ਕਾਲਜ ਜਿਹੜਾ ਜੰਗਲ ਹੈ ਨਾ ਇੰਸ਼ੀਨ ਦਾ ਉਹ ਥੋੜੀ ਟੌਪਰ 84% ਨੰਬਰ ਉਹਦੇ ਪੰਜਵੀਂ ਕਲਾਸ ਤੋਂ ਲੈ ਕੇ ਸਰਕਾਰੀ ਸਕੂਲਾਂ 'ਚ ਪੜ੍ਹੀ ਟੋਪਰ ਇਸ ਕਾਲਜ ਤੱਕ ਸੀ ਟੀ ਐਸ ਕਾਲਜ ਜਿਹੜਾ ਜੰਗਲ ਹੈ ਨਾ ਇੰਸ਼ੀਨ ਦਾ ਉਹ ਥੋੜੀ ਟੋਪਰ 84% ਨੰਬਰ ਉਹਦੇ 84% ਸੀ ਐਸ ਸੀ ਦਾ ਉਹਨੇ ਡਿਗਰੀ ਕੀਤੀ ਮਤਲਬ ਟੋਪਰ ਹੀ ਉੱਥੋਂ ਜਾ ਕੇ ਬੇਸ਼ੱਕ ਤੁਸੀਂ ਪਤਾ ਕਰ ਸਕਦੇ ਤੇ ਉਹਦਾ ਨਾ ਜਾਣ ਬੁੜ ਕੇ ਕਤਲ ਕੀਤਾ ਕਤਲ ਕੀਤਾ ਹਾਂਜੀ ਕਤਲ ਕੀਤਾ ਇਹ ਮੰਗੇਤਰ ਵੱਲੋਂ ਮੰਗੇਤਰ ਸੀ ਤੁਸੀਂ ਮੰਗੇਤਰ ਦੇ ਆਰੋਪ ਲਾ ਰਹੇ ਹੋ ਕਿਸ ਤਰ੍ਹਾਂ ਤੁਸੀਂ ਸਮਝਦੇ ਇਹਨੇ ਕਤਲ ਕੀਤਾ ਕਤਲ ਇਹਨੇ ਕੀਤਾ ਵੀ ਇਹਦਾ ਨਾ ਜਿੱਦਾਂ ਵੀ 3 ਸਾਲ ਤੇ ਇਹਨੇ ਲਾਰਿਆਂ 'ਚ ਰੱਖਿਆ ਚਲੋ ਪਹਿਲਾਂ ਮੰਗਣੀ ਹੋਈ ਉਹ ਟੁੱਟ ਗਈ ਅਸੀਂ ਛੱਡਤਾ ਖਹਿੜਾ ਬਾਅਦ 'ਚ ਫਿਰ ਕੁੜੀ ਨਾਲ ਸੰਪਰਕ ਕਰਦਾ ਰਿਹਾ ਇਹਨਾਂ ਵੀ ਮੈਂ ਆਪਣੇ ਘਰਦਿਆਂ ਨੂੰ ਮਨਾ ਲੂੰਗਾ ਮੈਂ ਤੇਰੇ ਨਾਲ ਹੀ ਮੈਰਿਜ ਕਰਾਉਣੀ ਆ ਕੁਛ ਵੀ ਹੋ ਜਾਏ ਅਖੀਰ ਵਿਆਹ ਵਾਲੇ ਦਿਨ ਤੱਕ ਇਹ ਮੈਸੇਜ ਉਹਨੂੰ ਕਰਦਾ ਰਿਹਾ ਵਾ ਉਹ ਮੋਬਾਈਲ ਦੇ ਵਿੱਚ ਹੈਗੇ ਖੁਦ ਹੁਣ ਨਾ ਡਿਲੀਟ ਕਰਤੇ ਹੁਣ ਪਤਾ ਜਦੋਂ ਖੋ ਲੈ ਗਿਆ ਮਤਲਬ ਚੱਕ ਕੇ ਉਸ ਟਾਈਮ ਤੱਕ ਇਹਦੇ ਜਿਹੜੇ ਹੈਗੇ ਮੈਸੇਜ ਵਿੱਚ ਹੈਗੇ ਸੀ ਮੋਬਾਈਲ ਕਿਤੇ ਕੋਲ ਜੀ ਮੋਬਾਈਲ ਇਹਨਾਂ ਕੋਲ ਹੁਣ ਉਹਨੇ ਕੱਲ 24 ਤੇ ਮੇਰਾ ਖਿਆਲ 25-26 ਘੰਟਿਆਂ ਬਾਅਦ ਦੇ ਕੇ ਗਏ ਆ ਇਹਨਾਂ ਦੇ ਨਾਲ ਉਹ ਮਤਲਬ ਇਹਨਾਂ ਕੋਲ ਔਫ ਲਿਆ ਜਾਂ ਉਹ ਤਾਂ ਕਿਹੋ ਖਲਾਇਆ ਕਿ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਇਹ ਤਾਂ ਕੁਛ ਹੀ ਦੱਸ ਸਕਦੀ ਸੀ ਇੱਕ ਮੰਗੇਤਰ ਤੇ ਹੀ ਆਰੋਪ ਲਾ ਰਹੇ ਆ ਕਿ ਉਹ ਮੰਗੇਤਰ ਦੀ ਮੈਰਿਜ ਵੀ ਹੋਈ ਥੋੜੇ ਦਿਨ ਪਹਿਲਾਂ ਹਾਂਜੀ 15-16 ਦਿਨ ਪਹਿਲਾਂ ਉਹਦੀ ਮੈਰਿਜ ਹੋਈ ਆ ਕੀ ਆ ਮੰਗੇਤਰ ਦਾ ਕੀ ਨਾਮ ਸੀਗਾ ਉਹਦਾ ਨਾਮ ਗੁਰਿੰਦਰਜੀਤ ਤੇ ਸਿਮਰਜੀਤ ਦੋ ਨਾਂ ਸੀ ਉਹਦੇ ਦੋ ਨਾਂ ਸੀ ਕਿਸ ਤਰ੍ਹਾਂ ਪਲੈਨਿੰਗ ਕੀਤੀ ਉਹਨਾਂ ਨੇ ਪਲੈਨਿੰਗ ਉਹਨਾਂ ਮਤਲਬ ਉਥੋਂ ਸੁਲਤਾਨਪੁਰ ਉਹਨੂੰ ਸਾਡੇ ਹਿਸਾਬ ਨਾਲ ਤੇ ਉਹਨੂੰ ਗਿਰਨਾਪ ਕੀਤਾ ਨਾ ਠੀਕ ਹੈ ਜੀ ਇਹ ਨਹੀਂ ਪਤਾ ਬੋਸ਼ ਕਰਕੇ ਕੀਤਾ ਇਹਦੇ ਬਾਰੇ ਮੈਂ ਨਹੀਂ ਕੁਝ ਵੀ ਕਹਿ ਸਕਦਾ ਉਥੋਂ ਲੈ ਗਿਆ ਜੋ ਉਹਦੀ ਜਿੱਥੇ ਸੈਂਟਰ ਉੱਥੇ ਸਕੂਟਰੀ ਨਹੀਂ ਹੈਗੀ ਤੇ ਨਾ ਉੱਥੇ ਸੀਸੀ ਕੈਮਰੇ ਹੈਗੇ ਆ ਇਹ ਨਾ ਇਹ ਨਹੀਂ ਪਤਾ ਵੀ ਉੱਥੋਂ ਚੱਕਿਆ ਜਾਂ ਪਿੱਛੋਂ ਚੱਕਿਆ ਇਹਦੇ ਬਾਰੇ ਕੋਈ ਆਪਣੀ ਨੌਲੇਜ ਨਹੀਂ ਹੈਗੀ ਮੈਨੂੰ ਤਾਂ 12 ਵਜੇ ਦੇ ਕਰੀਬ ਇੱਥੋਂ ਜੋਸ਼ਨਾ ਹਸਪਤਾਲ ਫੋਨ ਗਿਆ ਵਾ ਵੀ ਤੁਹਾਡੀ ਹੈ ਮੈਨੂੰ ਪਹਿਲਾਂ ਪੁੱਛਿਆ ਕਿ ਤੁਹਾਡਾ ਨਾਮ ਬਲਿੰਦਰ ਸਿੰਘ ਮੈਂ ਬਲਿੰਦਰ ਸਿੰਘ ਇਹ ਤੁਹਾਡੀ ਬੇਟੀ ਦਾ ਨਾਮ ਕਹਿੰਦੇ ਸਰਵੀਰ ਮੈਂ ਸਰਵੀਰ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਅਸੀਂ ਜੋਸ਼ਨਾ ਹਸਪਤਾਲ ਲੋਹੀਆਂ ਤੋਂ ਬੋਲ ਰਹੇ ਹਾਂ ਅਤੇ ਵੀ ਤੁਸੀਂ ਇੱਥੇ ਆ ਜਾਓ ਚਲੋ ਅਸੀਂ ਉਸੇ ਟਾਈਮ ਆ ਕੇ ਘਰੋਂ ਤੁਰ ਪਏ ਹਾਂ ਭੀੜ ਵੱਧੇ 1.25 ਘੰਟੇ ਵਿੱਚ ਅਸੀਂ ਆ ਗਏ ਇੱਥੇ ਕੀ ਮਾਮਲਾ ਕੀ ਹੈ ਸਰ ਮਾਮਲਾ ਇਹ ਲੜਕੀ ਸੀਗੀ ਕੋਈ 3 ਸਾਲ ਪਹਿਲਾਂ ਇਹਨਾਂ ਦਾ ਇੱਕ ਮੁੰਡਾ ਹੈਗਾ ਵਾ ਸਿਮਰਜੀਤ ਉਹਦਾ ਜਿਹੜਾ ਸੀਗਾ ਇਹ ਸਰਬਜੀਤ ਕੌਰ ਲੜਕੀ ਇਹਦੇ ਨਾਲ ਕੋਈ ਮੰਗਣੀ ਹੋਈ ਸੀਗੀ ਇਹਨਾਂ ਦੇ ਘਰੇਲੂ ਡਿਸਪਿਊਟ ਕਰਕੇ ਇਹ ਮੰਗਣੀ ਸਿਰੇ ਨਹੀਂ ਚੜੀ ਇਹਨਾਂ ਦਾ ਆਸ ਵਿੱਚ ਦੋਵਾਂ ਦਾ ਸੰਪਰਕ ਰਿਹਾ ਕੁੜੀ ਮੁੰਡੇ ਦਾ ਇਹਨੇ ਮੁੰਡੇ ਨੇ 15 ਕੁ ਦਿਨ ਕੋਈ ਹੋਰ ਮੈਰਿਜ ਕਰਾ ਲਈ ਆ ਉੱਥੇ ਕਰਕੇ ਕੱਲ੍ਹ ਗੱਡੀ 'ਚ ਪਰਸੋਂ ਦੀ ਗੱਲ ਹੈ ਕਿ ਗੱਡੀ 'ਚ ਆਉਣ ਡੇ ਕਿਤੇ ਸੁਲਤਾਨਪੁਰ ਤੋਂ ਲੋਹੀਆਂ ਆਹ ਜਦੋਂ ਚੌਂਕ ਤੋਂ ਥੋੜ੍ਹਾ ਪਿੱਛੇ ਆ ਦਰਗਾਹ ਬਾਬੇ ਦੀ ਆ ਪੀਰ ਦੀ ਉੱਥੇ ਆਣ ਕੇ ਗੱਡੀ ਵੱਜੀ ਆ ਅਤੇ ਕਿੱਕਰ ਦੇ ਵਿੱਚ ਕਿੱਕਰ 'ਚ ਵੱਜ ਗਈ ਗੱਡੀ ਕੁੜੀ ਜ਼ਖਮੀ ਹੋ ਗਈ ਆ ਹੋਸਪਿਟਲ ਲੈ ਕੇ ਗਏ ਆ ਉੱਥੇ ਇਹ ਕੁੜੀ ਨੂੰ ਛੱਡ ਕੇ ਉੱਥੋਂ ਉੱਦਾਂ ਹੀ ਚਲੇ ਗਏ ਆ ਦਾਖਲ ਨਹੀਂ ਕਰਾਇਆ ਨਾ ਉਹਦੇ ਘਰਦਿਆਂ ਨੂੰ ਤਲਾਹ ਦਿੱਤੀ ਇਹਨਾਂ ਨੇ ਉਹਨਾਂ ਦੇ ਅਤੇ ਉੱਥੋਂ ਇਹ ਰਫੂ ਚੱਕਰ ਹੋ ਗਏ ਆ ਫਿਰ ਉਹ ਆਏ ਉੱਥੇ ਮੈਨੂੰ ਤਲਾਹ ਮਿਲੀ ਮੈਂ ਵੀ ਗਿਆ ਅਸੀਂ ਜੋ ਆਉਣ ਦੀ ਮੈਰਿਟ ਆ ਪਰਚਾ ਦਰਜ ਕਰ ਦਿੱਤਾ 304-120 ਦਾ ਇਨਵੈਸਟੀਗੇਸ਼ਨ ਚੱਲ ਰਹੀ ਆ ਮੁੰਡਾ ਦਾਖਲ ਸੀਗਾ ਮੇਰਾ ਡਿਸਚਾਰਜ ਹੋ ਗਿਆ ਉਹ ਲਿਆ ਰਹੇ ਆ ਉਹਦੀ ਅਰੈਸਟ ਪਾਵਾਂਗੇ ਸਰ ਲੜਕੀ ਜਿਹੜੀ ਆ ਮੁੰਡੇ ਦੇ ਨਾਲ ਹੀ ਗੱਡੀ ਸੀ ਹਾਂ ਜੋ ਹਾਲਾਤਾਂ ਦੇ ਮੁਤਾਬਕ ਅਸੀਂ ਕਿਹੜਾ ਮੌਕੇ ਤੇ ਜੋ ਉੱਥੇ ਲੋਕਾਂ ਦੇ ਦੱਸਣ ਮੁਤਾਬਕ ਆ ਲੜਕੀ ਤੇ ਲੜਕਾ ਦੋਵੇਂ ਗੱਡੀ ਦੇ ਵਿੱਚ ਸੀਗੇ ਉੱਥੇ ਐਕਸੀਡੈਂਟ ਹੋਇਆ ਵਾ ਕਾਫੀ ਆਪਣੇ ਪਬਲਿਕ ਨੇ ਵੀ ਉੱਥੇ ਦੇਖਿਆ ਮੈਂ ਵੀ ਮੌਕਾ ਜਾ ਕੇ ਦੇਖ ਕੇ ਆਇਆ ਸੀ ਪਰ ਦੇਖਿਆ ਜਾਵੇ ਹਾਂਜੀ ਵੀ ਦੇਖਿਆ ਜਾਵੇ ਮੁੰਡੇ ਦਾ ਵਿਆਹ ਹੋ ਚੁੱਕਾ ਪਹਿਲਾਂ ਬੰਦਾ ਦੇ ਹਾਂ 15 ਦਿਨ ਤੇ ਲੜਕੀ ਫਿਰ ਉਹਦੇ ਨਾਲ ਕਿਸ ਬੇਸ ਤੇ ਆ ਰਹੀ ਸੀ ਦੇਖੋ ਜੀ ਇਹ ਤਾਂ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਲੜਕੀ ਤੇ ਡੈਥ ਹੋ ਗਈ ਉਹ ਤਾਂ ਦੱਸ ਨਹੀਂ ਸਕਦੇ ਲੜਕਾ ਲਿਆਂਦਾ ਉਸ ਤੋਂ ਪੁੱਛਗਿੱਛ ਕਰਾਂਗੇ 304-120-20 ਸਿਮਰਜੀਤ ਤੇ ਮਾਮਲਾ ਦਰਜ ਉਹ ਤੋਂ ਬਾਅਦ ਦੇਖਾਂਗੇ ਫਿਰ ਵੀ ਇਸ ਦੇ ਬਾਵਜੂਦ ਵੀ ਪ੍ਰੋਟੈਸਟ ਕਰਦੇ ਉਹ ਤਾਂ ਹੁਣ ਉਹਨਾਂ ਦਾ ਬਈ ਮੈਂ ਕੀ ਕਹਿ ਸਕਦਾ ਉਹਨਾਂ ਨੂੰ ਪਰਿਵਾਰ ਨੂੰ ਉਹ ਤਾਂ ਪਰਿਵਾਰ ਦੀ ਉਹਨਾਂ ਮਰਜ਼ੀ ਹੈ ਮੈਂ ਸਮਝਾ ਦਿੱਤਾ ਹਾਰਡਲੀ ਉਹਨਾਂ ਨੂੰ ਪਹਿਲਾਂ 304 ਏਜ ਨਾਲ ਪਰਚਾ ਦਰਜ ਸੀਗਾ ਮੈਂ ਨਹੀਂ ਜੋ ਤੁਹਾਡੀ ਸਟੇਟਮੈਂਟ ਆ ਜੋ ਹੁਣ ਮੈਰਿਟ ਦੇਖਿਆ
ਉਹਦੇ ਮੁਤਾਬਕ ਅਸੀਂ ਹਾਰਡ ਤੋਂ ਹਾਰਡ ਕਾਰਵਾਈ ਕਰ ਦਿੱਤੀ ਹੈ। ਤੁਸੀਂ ਹੁਣ ਲੜਕੇ ਨੂੰ ਲੈ ਕੇ ਆਏ ਹੋ, ਲੜਕੀ ਦਾ ਪਰਿਵਾਰ ਕਹਿੰਦੇ ਲੜਕੇ ਨੂੰ ਲੈਣ ਦਾ ਕੀ ਰੈਸਟ ਪਾ ਲਈ ਹਜੇ ਜਾਂ ਪੁੱਛ ਗਿੱਛ? ਨਹੀਂ, ਪੁੱਛਗਿੱਛ ਕਰਕੇ ਰੈਸਟ ਪਾਊਗੀ, ਪੁੱਛਗਿੱਛ ਚੱਲ ਰਹੀ ਹੈ, ਪੁੱਛਗਿੱਛ ਕਰਕੇ ਪੂਰੀ। ਲੜਕਾ ਤੁਹਾਡੇ ਹਵਾਲੇ ਹੈ ਰੈਸਟ? ਬਿਲਕੁਲ ਜੀ, ਸਾਡੀ ਕਸਟਡੀ 'ਚ ਆ ਗਿਆ। ਓਕੇ ਜੀ, ਧੰਨਵਾਦ ਜੀ।